ਤੁਹਾਡੀ ਭੈਣ ਨੂੰ ਕੋਈ ਸ਼ੌਕ ਨਹੀਂ ਹੈ ਨਾ ਮੌਸਮੀ ਕੀੜਿਆਂ ਦੇ ਮੂੰਹ ਲੱਗਣੇ ਦਾ? ਯੇ ਕਮੈਂਟਸ ਐਸੇ ਕਰਤੇ ਹੈ, ਨਾਮ ਐਸੇ ਰੱਖਤੇ ਹੈਂ ਦੈਟ ਦੇ ਕੰਪੈਲ ਮੀ ਟੂ ਡੂ ਸੋ। ਔਰ ਅੱਜ ਮੈਂ ਜਾ ਰਹੀ ਸੀ ਆਪਣੀ ਫੈਮਿਲੀ ਕੇ ਸਾਥ ਫਾਰਮ ਹਾਊਸ ਪੇ ਆਊਟਿੰਗ ਕੇ ਲਈ, ਤੋ ਮੈਨੇ ਸੋਚਾ ਇਨਕੋ ਕਿਉਂ ਨਾ ਸਾਥ ਘਸੀਟੂੰ, ਕਿਉਂਕਿ ਯੇ ਵੀ ਤੋ ਮਾਸੂਮ ਕੰਟੈਂਟ ਕ੍ਰੀਏਟਰ ਕੇ ਕਮੈਂਟ ਬਾਕਸ ਮੇ ਜਾ ਕੇ ਗੰਦ ਮਚਾਤੇ ਹੈਂ। ਅਭੀ ਦੋ ਦਿਨ ਪਹਿਲੇ ਹੀ ਮੈਨੇ ਇਸੇ ਤਰ੍ਹਾਂ ਕਾ ਇੱਕ ਮਿੰਨੀ ਵਲੌਗ ਐਡ ਕੀਆ ਥਾ, ਤੋ ਉਸਕੇ ਕਮੈਂਟ ਬਾਕਸ ਮੇ ਕੁਛ ਤੇਜਸਵੀ ਲੋਗ ਆ ਕੇ ਮੁਝੇ ਕਹਤੇ ਹੈਂ ਬੜੀ ਲੰਬੀ ਜ਼ੁਬਾਨ ਹੈ ਤੁਹਾਡੀ, ਬੜੀ ਤੇਜ਼ ਹੋ ਤੁਮ, ਨਹੀਂ ਵੀ ਮੇਰੀ ਜ਼ੁਬਾਨ ਤੁਹਾਡੀ ਬੈਲ ਬਜਾ ਕੇ ਭੱਜ ਗਈ, ਜਾਂ ਤੁਸੀਂ ਮੇਰੀ ਜ਼ੁਬਾਨ ਨੂੰ ਦੁਬਾਰਾ ਚੀਨ ਨੂੰ ਚੁਣੌਤੀ ਦਿੰਦੇ ਦੇਖ ਲਿਆ, ਜਾਂ ਫਿਰ ਇਹਦੇ ਨਾਲ ਤੁਸੀਂ ਬਦਲ ਹਿਲਾ ਕੇ ਬਾਰਿਸ਼ ਕਰ ਲਈ। ਬੜੇ ਡੈਸ਼ ਹੋ ਬੇਟਾ, ਤੁਹਾਡੀ ਭੈਣ ਨੇ ਲਾ ਲਿਆ ਨਾ ਦਾ ਸਾਬ। ਯੇ ਵੋ ਲੋਗ ਹੈ ਜੋ ਸ਼ਫੀਕ ਕੇ ਗੰਦੇ ਬਰਗਰ ਖਾ ਕੇ ਪੇਟ ਖਰਾਬ ਕਰਤੇ ਔਰ ਫਿਰ ਟਿਕਟੌਕ ਪੇ ਆ ਕੇ ਕਰ ਦੇਤੇ ਹੈਂ ਆਪਣੇ ਖਿਆਲਾਤ ਕਾ ਇਜ਼ਹਾਰ। ਸਮਝ ਰਹੇ ਹੋ, ਸਮਝ ਰਹੇ ਹੋ। ਨੋ ਡਾਊਟ ਕਿ ਇਨਕੇ ਇਸ ਤਰ੍ਹਾਂ ਕੇ ਕਮੈਂਟਸ ਛੋਟੇ ਯੂਜ਼ਰਸ ਕੋ ਬਹੁਤ ਜ਼ਿਆਦਾ ਡੀਮੋਟੀਵੇਟ ਕਰਤੇ ਹੈਂ, ਲੇਕਿਨ ਪਾਪਾ ਕੀ ਪਰੀਆਂ ਔਰ ਮਾਂ ਕੇ ਮਗਰਮੱਛ ਜਬ ਸਾਰਾ ਦਿਨ ਵੇਲੇ ਬੈੱਡ ਤੋੜੇਂਗੇ, ਤੋ ਫਿਰ ਆ ਕੇ ਕਹੀਂ ਨਾ ਕਹੀਂ ਤੋ ਬੜਾਸ ਨਿਕਾਲੇਂਗੇ ਨਾ। ਯੇ ਟਿਕਟੌਕ ਕੇ ਵੋ ਡੱਕਨ ਹੈ ਜੋ ਬੋਟਲ ਕੇ ਚੱਕਰ ਮੇ ਇਧਰ ਉਧਰ ਲੁੜਕਤੇ ਰਹਤੇ ਔਰ ਲੁੜਕਤੇ ਲੁੜਕਤੇ ਜਬ ਇਨਕਾ ਜ਼ੀਰੋ ਮੀਟਰ ਦਿਮਾਗ ਹਿਲ ਜਾਤਾ ਹੈ, ਤੋ ਫਿਰ ਆ ਕੇ ਕਮੈਂਟਸ ਮੇ ਵਾਹ ਯਾਤੀਆਂ ਫੈਲਾਤੇ ਹੈਂ। ਯੇ ਬਹੁਤ ਜ਼ਿਆਦਾ ਟੌਕਸਿਕ ਹੋਤੇ ਹੈਂ, ਲੇਕਿਨ ਇਨਸੇ ਵੀ ਜ਼ਿਆਦਾ ਟੌਕਸਿਸਿਟੀ ਹਮਾਰੀ ਵੋ ਸ਼ਦੀਦ ਸਿੰਗਲ ਬਾਜ਼ੀਆਂ ਫੈਲਾਤੀ ਹੈਂ ਜੋ ਟਿਕਟੌਕ ਪੇ ਆ ਕੇ ਆਪਣੇ ਨਾਮ ਰੱਖਤੀ ਹੈਂ ਫੌਜੀ